ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਅਕਾਲ ਤਖਤ ਸਾਹਿਬ, ਉਹਦਾ ਨਿਰਮਾਣ, ਉਹਦੇ ਜਿਹੜਾ ਟੈਂਪਰਲ ਸਾਡਾ ਜਸਟਿਸ ਜਿਹਨੂੰ ਜਿੱਥੋਂ ਸਾਨੂੰ ਮਿਲਦਾ, ਉਸ ਵਿਚਾਰੇ ਵਿਚਾਰ ਵਟਾਂਦਰਾ ਕਰ ਰਹੇ ਸੀਗੇ। ਅਕਾਲ ਤਖਤ ਸਾਹਿਬ ਤੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ 2003 ਦੇ ਵਿੱਚ, ਮੈਂ ਉਸ ਮੁਤਲਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ RSS ਦਾ ਬਾਈਕਾਟ ਕਰਨਾ ਚਾਹੀਦਾ, ਕਿਉਂਕਿ RSS ਜਿਹੜੀ ਹੈ ਉਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ ਔਰ ਉਹ ਸਿੱਖਾਂ ਦੇ ਖਿਲਾਫ ਚੱਲਦੀ ਹੈ। ਲੇਕਿਨ ਫਿਰ ਜੇਕਰ ਅਗਰ ਇੰਨੀ ਹੀ ਗੱਲ ਹੈਗੀ ਹੈ ਤਾਂ ਫਿਰ BJP ਨਾਲ ਕਿਉਂ ਨਹੀਂ ਜਿਹੜਾ ਸਾਂਢਗਾਂਠ ਹੈ ਉਹ ਹਟਾਈ ਜਾਂਦੀ? ਲੇਕਿਨ ਅਕਾਲ ਤਖਤ ਸਾਹਿਬ ਕਹਿੰਦੀ ਕਿ ਅਸੀਂ ਤਾਂ ਬਿਲਕੁਲ, ਸਾਡੇ ਕੋਲ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈਗਾ, ਅਸੀਂ ਜੋ ਫਰਮਾਨ ਜਾਰੀ ਕਰਦੇ ਹਾਂ ਉਹ ਬਿਲਕੁਲ ਨਿਰਪੱਖ ਹੁੰਦਾ। ਲੇਕਿਨ ਵਿਚਾਰ ਇੱਥੇ ਇਸ ਕਰਨ ਦੇ ਜ਼ਰੂਰੀ ਬਣ ਜਾਂਦੇ ਨੇ ਕਿ RSS ਜਿਹੜੀ ਹੈ ਉਹਦਾ ਕੀ ਪੁਆਇੰਟ ਆਫ ਵਿਊ ਹੈਗਾ ਅਕਾਲ ਤਖਤ ਸਾਹਿਬ ਨੂੰ ਲੈ ਕੇ। ਅਤੇ ਮੇਰੇ ਨਾਲ ਭਾਰਤੀ ਯੁਵਾ ਮੋਰਚਾ ਦੇ ਜਿਹੜੇ ਨੁਮਾਇੰਦੇ ਨੇ ਪ੍ਰਤੀਕ ਸਿੰਘ ਜਾਨੂ ਦਿੱਲੀ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ। ਪ੍ਰਤੀਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਮੁੱਦੇ ਦੇ ਇਸ ਪ੍ਰੋਗਰਾਮ ਦੇ ਵਿੱਚ। ਜੀ ਜੀ, ਬਹੁਤ ਬਹੁਤ ਧੰਨਵਾਦ ਹਰਕਿਰਤ ਜੀ। ਮੈਂ ਦਰਖਵਾਸਤ ਕਰੂੰਗਾ ਟੈਕਨੀਕਲ ਟੀਮ ਨੂੰ ਕਿ ਪ੍ਰਤੀਕ ਸਿੰਘ ਜਾਨੂ ਦੀ ਇੱਕ ਅਸੀਂ ਪਿਕਚਰ ਤੁਹਾਨੂੰ ਦਿੱਤੀ ਹੋਈ ਹੈ ਉਹ ਲਾਓ, ਇਹ ਕੋਈ ਹੋਰ ਨੁਮਾਇੰਦੇ ਨੇ। ਅਤੇ ਪ੍ਰਤੀਕ ਸਿੰਘ ਜਾਨੂ ਜੀ, ਤੁਹਾਡਾ ਮੈਂ ਜਾਣਨਾ ਚਾਹਾਂਗਾ ਕਿ ਅਕਾਲ ਤਖਤ ਸਾਹਿਬ ਨੂੰ ਲੈ ਕੇ RSS ਰਾਸ਼ਟਰੀ ਸਵੰਮ ਸੇਵਕ ਸੰਘ ਅਤੇ ਉਸ ਤੋਂ ਬਾਅਦ BJP, ਤੁਸੀਂ ਸਿੱਖ ਲੀਡਰ ਹੋ, ਕਿਸ ਤਰੀਕੇ ਨਾਲ ਵੇਖਦੇ ਹੋ? ਦੇਖੋ, ਅਕਾਲ ਤਖਤ ਜਿਹੜਾ ਹੈ ਉਹ ਕਿਸੇ ਦੀ ਪ੍ਰਾਈਵੇਟ ਨੁਮਾਇੰਦਗੀ ਨਹੀਂ ਕਰਦਾ ਜੀ। ਅਕਾਲ ਤਖਤ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਇੱਟ ਨਾਲ ਇੱਟ ਬਣਾ ਕੇ ਸਾਂਝਿਆ ਜੀ। ਆਈ ਪਈ ਕਿ ਜਦੋਂ ਪੰਜਮ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਜੀ, ਤਦ ਤੱਕ 5ਵੇਂ ਗੁਰੂ ਤੱਕ ਗੁਰੂ ਨਾਨਕ ਸਾਹਿਬ ਦੇ ਇਸ ਮਰਿਆਦਾ ਅਨੁਸਾਰ ਜੀ ਨਮਰਤਾ ਦਾ ਪਾਠ ਪੜਾਇਆ ਜਾਂਦਾ ਸੀ। ਲੇਕਿਨ ਗੁਰੂ ਅਰਜਨ ਸਾਹਿਬ ਨੇ ਵਚਨ ਵੀ ਕੀਤਾ ਤੇ ਆਸ਼ੀਰਵਾਦ ਦਿੱਤਾ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ, ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਵਿਦੇਸ਼ਾਂ ਦੇ ਅੰਦਰ ਸਾਰੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਮਨਾ ਰਹੀ ਹੈ, ਕਿ ਅੱਜ ਤੋਂ ਸ਼ਾਂਤੀ ਦੇ ਪਾਠ ਤੋਂ ਬਾਅਦ ਹੁਣ ਤੂੰ 2 ਤਲਵਾਰਾਂ ਧਾਰਨ ਕਰੇਗਾ ਜੀ, ਪੀੜ੍ਹੀ ਦੀ ਤੇ ਦੂਜੀ ਪੀੜ੍ਹੀ ਦੀ, ਜਿਹੜੀ ਦੁਨੀਆਂ ਨੂੰ ਕਿਸੇ ਵੀ ਤੁਸੀਂ ਅੱਜ ਦੇਖੋ ਕੋਈ ਆ ਕੇ ਮੀਰੀ ਦੀ ਤਲਵਾਰ ਪਾਉਂਦਾ ਹੈ ਜਾਂ ਪੀੜ੍ਹੀ ਦੀ, ਲੇਕਿਨ ਹਰਗੋਬਿੰਦ ਪਾਤਸ਼ਾਹ ਨੇ ਜਿਸ ਅਕਾਲ ਤਖ਼ਤ ਨੂੰ ਸਾਜਿਆ ਹੋਵੇ ਤਾਂ ਉਸਦੀ ਹਰ ਪਾਰਟੀ ਹਰ ਵਿਅਕਤੀ ਦਿਲੋਂ ਸਨਮਾਨ ਕਰੇਗਾ। ਅਸੀਂ ਵੀ ਬਹੁਤ ਦਿਲੋਂ ਸਨਮਾਨ ਕਰਦੇ ਹਾਂ ਜੀ, ਔਰ ਕੋਈ ਵੀ ਉੱਥੇ ਦੇ ਕਦੀ ਵੀ ਕਿਸਮ ਦਾ ਫੁਰਮਾਨ ਜਾਰੀ ਹੋਇਆ, ਕਦੀ ਵੀ ਉਸਤੇ ਕੋਈ ਉਲਟ ਜਾ ਕੇ ਗੱਲ ਨਹੀਂ ਹੋਈ, ਲੇਕਿਨ ਤਦ ਵੀ ਕੋਈ ਉੱਥੋਂ ਹੁਕਮਨਾਮੇ ਜਾਰੀ ਹੋਏ ਜੀ, ਫਿਰ ਮੱਥੇ ਮੰਨ ਕੇ ਉਸਨੂੰ ਹਰ ਜਗ੍ਹਾ ਤੇ ਮੰਨਿਆ ਗਿਆ। ਅੱਛਾ, ਅਤੇ ਮਤਲਬ ਪੂਰੀ ਜਿਹੜੀ ਹੈ ਤੁਸੀਂ ਸਿੱਖ ਲੀਡਰ ਵਜੋਂ BJP ਔਰ RSS ਅਕਾਲ ਤਖ਼ਤ ਸਾਹਿਬ ਨੂੰ ਮੰਨਦੀ ਹੈ, ਬਿਲਕੁਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਦੇਖੋ, ਗੱਲ ਇਹ ਹੈ ਕਿ ਅਕਾਲ ਤਖ਼ਤ ਤੋਂ ਕੋਈ ਫੁਰਮਾਨ ਜਾਰੀ ਹੁੰਦਾ ਜੀ ਸਿੱਖ ਕੌਮ ਲਈ ਹੁੰਦਾ ਜੀ, ਜਾਂ ਫਿਰ ਕਿਸੇ ਪ੍ਰਤੇਕ ਵਿਅਕਤੀ ਲਈ ਹੁੰਦਾ ਜਿਸਦਾ ਕੋਈ ਕਿਸੇ ਕਿਸਮ ਦਾ ਵਿਸ਼ੇ ਜਿਹੜਾ ਹੈ ਉਹ ਦੇਸ਼ ਦੇ ਅੰਦਰ ਪ੍ਰਜਵਲਿਤ ਹੋਇਆ ਹੋਵੇ ਜੀ। ਅੱਜ RSS ਜੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਮਨਾਉਂਦੀ ਹੈ ਜਾਂ ਹੋਰ ਕੀ ਕਿਸਮ ਦੇ ਕਾਰਜਕ੍ਰਮ ਜਿਹੜੇ ਉਹ ਕਰਦੀ ਹੈ ਜੀ, ਉਸਦਾ ਮਤਲਬ ਇਹ ਹੈ ਕਿ ਮਾਨਵਤਾ ਨੂੰ ਇਸ ਗੱਲ ਬਾਰੇ ਦੱਸਣਾ ਕਿ ਅਗਰ ਅੱਜ ਕਿਸੇ ਨੇ ਦੇਸ਼ ਦੇ ਅੰਦਰ ਸਨਾਤਨ ਧਰਮ ਦੀ ਲਾਜ ਰੱਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ, ਉਸਨੇ 4 ਬੱਚੇ ਸ਼ਹੀਦ ਕਰਾਏ ਆਪਣੇ ਸਾਰਾ ਸਰਬੰਸ। RSS ਤਾਂ ਇਹ ਵੀ ਕਹਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਸਾਰੇ ਹਿੰਦੂ ਸੀਗੇ। RSS ਤੇ ਇਹ ਜ਼ਰੂਰ ਕਹਿੰਦੀ ਹੈ ਕਿ ਉਹ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਏ ਸਨ, ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੇ ਬੱਚਿਆਂ ਨੂੰ ਸ਼ਹੀਦ ਕਰਾਤਾ। ਗੁਰੂ ਗੋਬਿੰਦ ਸਿੰਘ ਜੀ ਨੇ 4 ਲਾਲ ਵਾਰ ਤੇ, ਅੱਛਾ, ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਦੀ ਸਰਜਮੀ ਤੱਕ ਤਿਲਕ ਤੇ ਜਨੇਊ ਦੀ ਰਕਸ਼ਾ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਉਹ ਆਪ ਤਿਲਕ ਔਰ ਜਨੇਊ ਨਹੀਂ ਲਗਾਉਂਦੇ ਸੀ, ਲੇਕਿਨ ਜਦ ਔਰੰਗਜ਼ੇਬ ਨੇ ਮੈਂ ਸ਼ਲਾਘਾ ਕਰਦਾ ਅਗਰ ਇਹ ਵੀ ਜੀ ਗੱਲ ਸੋਚਦੀ ਆ RSS ਤੇ, ਲੇਕਿਨ ਫਿਰ RSS ਇਹ ਕਿਉਂ ਕਹਿੰਦੀ ਕਿ ਇਹ ਦੇਸ਼ ਰਾਮ ਦਾ, ਜੋ ਰਾਮ ਨਹੀਂ ਕਹੇਗਾ ਉਸ ਦੇਸ਼ ਮੇਂ ਰਹਿਣੇ ਕੇ ਲਾਇਕ ਨਹੀਂ ਹੈ, ਦੈਨ ਵਾਈ ਦੇ ਸੇਡ ਲਾਈਕ ਦਿਸ? ਦੇਖੋ, ਪ੍ਰਭੂ ਰਾਮ ਜਿਹੜੇ ਨੇ ਉਹ ਤ੍ਰੇਤਾ ਦੇ ਅਵਤਾਰ ਹਨ, ਨਮਸਕਾਰ ਹੈ ਉਹਨਾਂ ਨੂੰ ਵੀ, ਲੇਕਿਨ
ਕਦੀ ਵੀ ਆਰਐਸਐਸ ਕਿਸੇ ਨੂੰ ਈ ਮੰਨਣ ਦਾ ਕੰਮ ਨਹੀਂ ਕਰਦੀ। ਆਰਐਸਐਸ ਹਿੰਦੁਸਤਾਨ ਨੂੰ ਖੁਸ਼ਹਾਲ ਦੇਖਦੀ ਹੈ। ਆਰਐਸਐਸ ਇੱਕ ਐਸਾ ਸੰਗਠਨ ਹੈ ਕਿ ਜਿਸਨੇ ਹਰ ਵੇਲੇ ਉਹਨਾਂ ਨੂੰ ਨਮਸਕਾਰ ਕੀਤਾ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਨ ਬਾਨ ਸ਼ਾਨ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੋਵੇ, ਚਾਹੇ ਉਹ ਭਗਤ ਸਿੰਘ ਹੋਣ, ਚਾਹੇ ਉਹ ਰਾਜਗੁਰੂ ਹੋਣ, ਸੁਖਦੇਵ ਹੋਣ, ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ 1947 ਦੇ ਅੰਦਰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਹੋਵੇ, ਚਾਹੇ ਫਿਰ ਉਹ ਗੁਰੂ ਸਾਹਿਬਾਨਾਂ ਦੀ ਕੁਰਬਾਨੀ ਹੋਵੇ। ਅੱਜ ਵੀ ਜਦ ਤੁਸੀਂ ਕਿਸੇ ਦਫ਼ਤਰ ਵਿੱਚ ਜਾਓ, ਨਹੀਂ ਇਹ ਕਿਹਾ ਜਾਂਦਾ ਕਿ ਇਹ ਕਿਹਾ ਜਾਂਦਾ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਹੀ ਨੇ, ਤੁਸੀਂ ਇਸ ਗੱਲ ਤੋਂ ਸਹਿਮਤ ਹੋ? ਦੇਖੋ ਗੱਲ ਇਹ ਹੈ ਕਿ ਕੌਣ ਕੀ ਹੈ ਉਹ ਆਪਣੇ ਧਰਮ ਦੇ ਵਿੱਚ ਉੱਚਾ ਹੈ। ਨਹੀਂ ਨਹੀਂ ਪ੍ਰਤੀਕ ਜੀ, ਪ੍ਰਤੀਕ ਜੀ, ਪ੍ਰਤੀਕ ਜੀ, ਇਸ ਗੱਲ ਦਾ ਆਨਸਰ ਦਿਓ, ਇਸ ਗੱਲ ਦਾ ਆਨਸਰ ਦਿਓ, ਤੁਸੀਂ ਸਿੱਖ ਹੋ ਕਿ ਹਿੰਦੂ ਹੋ? ਅਸੀਂ ਸਭ ਤੋਂ ਪਹਿਲੇ ਹਿੰਦੁਸਤਾਨੀ ਹਾਂ। ਹਾਂ, ਹਿੰਦੁਸਤਾਨ ਸਾਡਾ ਵਤਨ ਹੈ। ਹਾਂ, ਹਿੰਦੁਸਤਾਨ ਨਹੀਂ, ਦੇਖੋ ਕਰਾਉਣ ਦੇਖੋ ਲਈ ਮੈਂ 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 ਡਿਬੇਟ ਨੂੰ ਕਿਸੇ ਹੋਰ ਪਾਸੇ ਨਹੀਂ ਲੈ ਕੇ ਜਾਣਾ ਚਾਹੁੰਦਾ, ਮੈਂ ਜ਼ਰੂਰ ਇਸ ਮੁਤਲਕ ਵੀ ਡਿਬੇਟ ਕਰਾਂਗਾ, ਲੇਕਿਨ ਮੈਂ ਇਹ ਕਹਿ ਰਿਹਾ ਕਿ ਇਲਜ਼ਾਮ ਲੱਗਦੇ ਨੇ ਆਰਐਸਐਸ ਦੇ ਉੱਤੇ, ਬੀਜੇਪੀ ਦੇ ਉੱਤੇ, ਕਿ ਤੁਸੀਂ ਸਿੱਖਾਂ ਦੇ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੇ ਹੋ। ਔਰ ਜਦ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਤਾਂ ਇੱਕ ਪ੍ਰੋਗਰਾਮ ਜਿਹੜਾ ਉਸਾਰਿਆ ਗਿਆ, ਤੁਹਾਨੂੰ ਨਹੀਂ ਉਸਾਰਨਾ ਚਾਹੀਦਾ ਸੀਗਾ। ਜਦ ਤੁਸੀਂ ਇੰਨੀ ਕਹਿੰਦੇ ਹੋ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਹਾਂ, ਉਹਨਾਂ ਨੇ ਕਿਹਾ ਸੀਗਾ ਕਿ ਸਿੱਖਾਂ ਨੂੰ ਬੋਇਕਟ ਕਰਨਾ ਚਾਹੀਦਾ, ਫਿਰ ਤੁਸੀਂ ਐਜ਼ ਐਨ ਸਿੱਖ ਉਸ ਦੇ ਵਿੱਚ ਸ਼ਮੂਲੀਅਤ ਕਿਉਂ ਕੀਤੀ? ਪਰ ਪ੍ਰੋਗਰਾਮ ਤੇ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ। ਹਾਂ, ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਬੇਅਦਬੀ ਨਹੀਂ ਕੀਤੀ, ਕੋਈ ਐਸੀ ਗੱਲ ਨਹੀਂ ਕੀਤੀ ਜਿਸਦੇ ਕਰਕੇ ਕਿਸੇ ਦੇ ਮਨਾਂ ਨੂੰ ਠੇਸ ਪਹੁੰਚੇ। ਉਸਦੇ ਵਿੱਚ ਸਿਰਫ ਗੁਰੂ ਦੇ ਅਨਮੋਲ ਵਚਨਾਂ ਨੂੰ, ਗੁਰੂ ਦੇ ਇਸ ਮਹਾਨ ਖਜ਼ਾਨੇ ਨੂੰ ਸਾਰੀ ਦੁਨੀਆਂ ਤੱਕ ਪਹੁੰਚਾਇਆ ਗਿਆ। ਅਗਰ ਤੁਸੀਂ ਇੰਨਾ ਅੱਛਾ ਕੰਮ ਕਰ ਰਹੇ ਹੋ ਤਾਂ ਫਿਰ ਅਕਾਲ ਤਖਤ ਸਾਹਿਬ ਨੇ ਤੁਹਾਨੂੰ ਨੋਟਿਸ ਕਿਉਂ ਜਾਰੀ ਕੀਤਾ? ਮੈਂ ਉਹੀ ਗੱਲ ਕਹਿਣਾ ਚਾਹਾਂਗਾ ਕਿ ਹਰ ਇੱਕ ਦੀ ਆਪਣੀ ਮਰਿਆਦਾ ਹੈ, ਹਰ ਇੱਕ ਦੀ ਆਪਣੀ ਸੋਚ ਹੈ, ਲੇਕਿਨ ਰਾਸ਼ਟਰੀ ਸਵੰਮ ਸੇਵਕ ਸੰਘ ਹੋਵੇ, ਭਾਰਤੀ ਜਨਤਾ ਪਾਰਟੀ ਹੋਵੇ, ਹਰ ਵੇਲੇ ਜੇ ਗੱਲ ਕਰੇਗੀ ਤੇ ਇਹੀ ਗੱਲ ਕਰੇਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਿਤਾ ਦਾ ਇਸ ਦੇਸ਼ ਦੇ ਲਈ ਸਭ ਤੋਂ ਵੱਡਾ ਬਲੀਦਾਨ ਹੈ ਜੋ ਅਸੀਂ ਭੁੱਲ ਨਹੀਂ ਸਕਦੇ। ਤੁਸੀਂ ਹਿੰਦੂ ਹੋ ਕਿ ਸਿੱਖ ਹੋ, ਇਸ ਗੱਲ ਦਾ ਤੁਸੀਂ ਆਨਸਰ ਨਹੀਂ ਦਿੱਤਾ ਮੈਨੂੰ। ਦੇਖੋ ਮੈਂ ਤੇ ਪ੍ਰਤੀਕ ਸਿੰਘ ਜੋ ਮੇਰਾ ਨਾਂ ਹੈ, ਤੁਸੀਂ ਸਿੱਖ ਹੋ ਤਾਂ ਫਿਰ ਬੀਜੇਪੀ ਦੀ ਤੁਹਾਡੀ ਸਰਕਾਰ ਹੈ, ਆਰਟੀਕਲ 25B ਦੇ ਵਿੱਚ ਸੰਸ਼ੋਧਨ ਕਿਉਂ ਨਹੀਂ ਕਰਵਾਉਂਦੇ, ਅਮੈਂਡਮੈਂਟ ਕਿਉਂ ਨਹੀਂ ਕਰਵਾਉਂਦੇ, ਕਿਉਂ ਹਿੰਦੂ ਦਾ ਸਭ ਪਾਰਟ ਅਜੇ ਵੀ ਸਿੱਖ ਨੇ? ਫਿਰ ਦੇਖੋ ਹਰ ਚੀਜ਼ ਦੀ ਗੱਲ ਜਿਹੜੀ ਹੈ ਉਹ ਵਿਅਕਤੀਗਤ ਤੌਰ ਤੇ ਤੇ ਹੈ ਨਹੀਂ ਅਕੀਰਤ ਜੀ, ਉਹ ਸਾਰੀ ਚੀਜ਼ਾਂ ਜਿਹੜੀਆਂ ਹਨ ਉਹ ਆਪਣੇ ਆਪਣੀ ਥਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਦੇ ਗੈਜ਼ਟ ਅੰਦਰ ਪੂਰੀਆਂ ਹੋ ਰਹੀਆਂ ਨੇ। ਤੇ ਅਗਰ ਕੋਈ ਇਹ ਗੱਲ ਕਵੇ ਕਿ ਆਰਐਸਐਸ ਇਹ ਕਵੇ ਕਿ ਅਸੀਂ ਹਿੰਦੂ ਹਾਂ ਜਾਂ ਅਸੀਂ ਸਿੱਖ ਹਾਂ, ਤੇ ਉਹ ਜਿਹੜਾ ਹੈ ਕਿ ਦੇਸ਼ ਦੇ ਅੰਦਰ ਕਿਸੇ ਤਰੀਕੇ ਜਿਹੜਾ ਹੈ। ਆਰਐਸਐਸ ਫਿਰ ਕਿਉਂ ਖੁੱਲ ਕੇ ਐਵੇਂ ਕਹਿੰਦੀ ਹੈ ਕਿ ਇਹ ਤਾਂ ਹਮਾਰੇ ਹਿੰਦੂ ਭਾਈ ਹੀ ਹੈ, ਬਸ ਇਹ ਪਗੜੀ ਪਹਿਨਤੇ ਹੈ ਔਰ ਇਸ ਲਈ ਇਹ ਸਿੱਖ ਹੈ? ਹਿੰਦੂ ਭਾਈ ਕਿੱਥੋਂ ਹੋ ਗਏ ਹਿੰਦੂ ਭਾਈ? ਇਹ ਦੱਸੋ, ਕਦੀ ਸਿੱਖਾਂ ਨੇ ਕਿਹਾ ਕਿ ਹਿੰਦੂ ਜਿਹੜੇ ਨੇ ਉਹ ਸਿੱਖ ਨੇ? ਕਦੀ ਕਿਹਾ ਉਹਨਾਂ ਨੇ? ਤੁਸੀਂ ਸੁਣਿਆ ਕਦੀ ਐਵੇਂ? ਖੈਰ ਮੈਂ ਇਸ ਤਰ੍ਹਾਂ ਦੀ ਗੱਲ ਤੇ ਕੋਈ ਸੁਣੀ ਨਹੀਂ। ਫਿਰ 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 ਕਿਉਂ ਇਹ ਦੇਸ਼ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਦੇਸ਼ ਰਾਮ ਦਾ ਹੈ? ਜੇ ਉਹ ਰਾਮ ਨਹੀਂ ਬੋਲੇਗਾ ਇਸ ਦੇਸ਼ ਦੇ ਵਿੱਚ, ਉਸ ਦੇਸ਼ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ? ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਦੇ ਲਈ ਆਪਣੇ ਪੂਰੇ ਪਰਿਵਾਰ ਨੂੰ ਨਿਛਾਵਰ ਕਰਤਾ, ਸਰਬੰਸਦਾਨੀ ਸੀਗੇ, ਫਿਰ ਉੱਥੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਇਹ ਦੇਸ਼ ਰਾਮ ਦਾ? ਮੈਨੂੰ ਸਮਝ ਨਹੀਂ ਆਉਂਦਾ ਕਿ ਕੀ ਤੁਸੀਂ ਰਾਸ਼ਟਰਵਾਦੀ ਗੱਲ ਕਰਦੇ ਹੋ ਜਾਂ ਫਿਰ ਤੁਸੀਂ ਧਰਮ ਦੀ ਗੱਲ ਕਰਦੇ ਹੋ, ਕਿੱਥੇ ਸਟੈਂਡ ਹੈ? ਸਟੈਂਡ ਕਲੀਅਰ ਕਰੋ ਅੱਜ ਦਰਸ਼ਕਾਂ ਨੂੰ, ਸਾਰਿਆਂ ਨੂੰ। ਹਾਂਜੀ, ਉਹ ਸਾਰੇ ਮਹਾਂਪੁਰਸ਼ਾਂ ਦੀ ਧਰਤੀ ਹੈ, ਇੱਥੇ ਗੁਰੂ ਨਾਨਕ ਸਾਹਿਬ ਵੀ ਆਏ ਨੇ, ਠੀਕ ਹੈ, ਭਗਵਾਨ ਰਾਮ ਚੰਦਰ ਵੀ ਆਏ ਨੇ, ਸ਼੍ਰੀ ਕ੍ਰਿਸ਼ਨ ਵੀ ਆਏ ਨੇ, ਤੇ ਰਾਜਾ ਹਰੀਚੰਦ ਵੀ ਆਏ ਨੇ, ਇੱਥੇ ਸਾਰੇ ਹੀ ਆਏ ਨੇ। ਤੇ ਜੇ ਰਾਮ ਸ਼ਬਦ ਕਿਹਾ ਜਾਂਦਾ ਤੇ ਰਾਮ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਰਾਮ ਦੀ ਵਰਤੋਂ ਕੀਤੀ ਜਾਂਦੀ ਹੈ, ਭਗਵਾਨ ਰਾਮ ਹੈ? ਦੇਖੋ ਮੈਂ ਉਸ ਪਾਸੇ ਜਾਣਾ ਹੀ ਨਹੀਂ ਚਾਹੁੰਦਾ। ਠੀਕ ਹੈ, ਠੀਕ ਹੈ, ਜੇ ਕੋਈ ਇਹ ਗੱਲ ਕਹਿੰਦਾ ਵੀ ਹੈ ਕਿ ਦੇਸ਼ ਰਾਮ ਦਾ ਹੈ, ਤਾਂ ਉਸ ਨੂੰ ਇਸ ਗੱਲ ਨਾਲ ਪਤਾ ਦੱਸ ਦੇਣਾ ਚਾਹੀਦਾ ਕਿ ਇਹ ਦੇਸ਼ ਜਿਹੜਾ ਹੈ ਇਸਦੇ ਉੱਤੇ ਭਗਵਾਨ ਰਾਮ ਜੀ ਵੀ ਆਏ ਨੇ, ਕ੍ਰਿਸ਼ਨ ਜੀ ਵੀ ਆਏ ਨੇ, ਗੁਰੂ ਨਾਨਕ ਸਾਹਿਬ ਵੀ ਆਏ ਨੇ, ਤਾਂ ਮਸੀਹ ਵੀ ਆਏ ਨੇ, ਸਾਰੇ ਆਏ ਨੇ। ਤੇ ਉਹ ਜੋ ਕਹਿੰਦਾ ਰਾਮ ਦਾ, ਉਹਦੇ ਲਈ ਉਹ ਰਾਮ ਦਾ ਹੋ ਗਿਆ,
ਜੋ ਕਹਿੰਦੇ ਨੇ ਜਿਵੇਂ ਜਿਵੇਂ ਕੋਈ ਕਰ, ਜਿਸ ਤਰ੍ਹਾਂ ਜੋ ਜੋ ਸੋਚ ਰੱਖਦਾ, ਜਾਂ ਜਾਂ ਜਿਸ ਕੀ ਲਗਨ ਹੈ ਵਾਹ ਵਾਹ ਉਸਕਾ ਰਾਮ। ਕੋਈ ਰਾਮ ਜੀ ਦਾ ਕਹਿੰਦਾ ਤੇ ਉਹਦੇ ਲਈ ਰਾਮ ਜੀ ਦਾ ਹੋ ਗਿਆ ਦੇਸ਼, ਕੋਈ ਗੁਰੂ ਨਾਨਕ ਸਾਹਿਬ ਦਾ ਕਹੇ ਉਸ ਲਈ ਗੁਰੂ ਨਾਨਕ ਸਾਹਿਬ ਦਾ ਹੋ ਗਿਆ। ਤੁਸੀਂ ਹੁਣੇ ਮੈਨੂੰ ਕਿਹਾ ਕਿ ਮੈਂ ਸਿੰਘ ਲਾਨਾ, ਆਪਣੇ ਨਾਂ ਦੇ ਪਿੱਛੇ ਮੈਂ ਤੇ ਗੁਰੂ ਦਾ ਸਿੰਘ ਆ, ਮੈਂ ਤਾਂ ਸਿੱਖ ਆ। ਬਤੌਰ ਸਿੱਖ ਹੋਣ ਦੇ ਨਾਤੇ ਅਸੀਂ ਕਵਾਂਗੇ ਸਿੱਖ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਤੇ ਅਸੀਂ ਨਤਮਸਤਕ ਹਾਂ ਹੀ। ਅੱਛਾ ਠੀਕ ਹੈ, ਤੇ ਹੁਣ ਜੇ ਤੁਸੀਂ ਨਤਮਸਤਕ ਹੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ, ਤਾਂ ਫਿਰ ਕਿਉਂ ਜਿਹੜੇ ਇਤਿਹਾਸ ਦੇ ਨਾਲ ਛੇੜਛਾੜ ਹੈ? ਅੱਛਾ ਇੱਕ ਗੱਲ ਦਾ ਹੋਰ ਮੈਨੂੰ ਜਵਾਬ ਦਿਓ ਪ੍ਰਤੀਕ ਸਿੰਘ ਜਾਨੂ, ਬਾਬਾ ਬੰਦਾ ਸਿੰਘ ਬੈਰਾਗੀ ਹੈ ਕਿ ਬੰਦਾ ਬੈਰਾਗੀ ਹੈ? ਦੇਖੋ ਮਾਧੋ ਦਾਸ ਬੈਰਾਗੀ ਨੇ, ਹਾਂ, ਜਿਹਨਾਂ ਦਾ ਨਾਂ ਬਾਅਦ ਚੋਂ ਬਾਬਾ ਬੰਦਾ ਸਿੰਘ ਬਹਾਦੁਰ ਹੋਇਆ, ਹਾਂ, ਜੇ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਤੇ ਉਹਨਾਂ ਦਾ ਨਾਂ ਬੰਦਾ ਸਿੰਘ ਬਹਾਦੁਰ ਹੋ ਗਿਆ, ਕਿਉਂਕਿ ਦਸਮ ਪਿਤਾ ਦੀ ਮਰਿਆਦਾ ਹੈ, ਉਹਨਾਂ ਨੇ ਖਾਲਸਾ ਪੰਥ ਸਾਜਿਆ, ਹਾਂ, ਜੋ ਵੀ ਉਸ ਮਰਿਆਦਾ ਦੇ ਵਿੱਚ ਆਇਆ ਉਸਦੇ ਨਾਮ ਦੇ ਨਾਲ ਸਿੰਘ ਲੱਗਿਆ। ਪਹਿਲੇ ਗੋਬਿੰਦ ਰਾਏ ਸਨ, ਜਦ ਅੰਮ੍ਰਿਤਪਾਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਹੋ ਗਏ। ਸੋ ਇਹ ਤੇ ਉਹਨਾਂ ਨੇ ਜਦ ਅੰਮ੍ਰਿਤਪਾਨ ਕੀਤਾ ਤੇ ਬੰਦਾ ਸਿੰਘ ਹੋ ਗਏ, ਤੇ ਜੋ ਬੈਰਾਗੀ ਨੇ ਉਹਨਾਂ ਨੇ ਤਪੱਸਿਆ ਕੀਤੀ ਹੈ ਤੇ ਉਹਨਾਂ ਦਾ ਨਾਂ ਪਹਿਲੇ ਮਾਵਨ ਦਾਸ ਬੈਰਾਗੀ। ਅੱਛਾ ਪ੍ਰਤੀਕ ਸਿੰਘ ਜਾਨੂ ਜੀ, ਕਿੰਨੇ ਨੌਜਵਾਨਾਂ ਨੂੰ, ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਕਿ RSS ਬਿਲਕੁਲ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ਹੈ, RSS ਗੱਲ ਕਰ BJP ਗੱਲ ਕਰਦੀ ਹੈ, ਸਿੱਖਾਂ ਦੀ ਪੈਰਵੀ ਕਰਦੀ ਹੈ, ਤੇ ਕਿੰਨਿਆਂ ਨੂੰ ਅੰਮ੍ਰਿਤਪਾਨ ਕਰਾਇਆ ਅੱਜ ਤੱਕ? ਦੇਖੋ ਕਿੰਨੇ? RSS ਜਿਹੜੀ ਹੈ ਕੋਈ ਨਹੀਂ, ਦੇਖੋ RSS ਜਿਹੜੀ ਹੈ ਸੰਗਠਨ, ਹਾਂ, ਦੇਸ਼ ਦੀ ਰੱਖਿਆ ਲਈ ਹੈ, ਅੱਛਾ, ਉੱਨਤੀ ਲਈ ਹੈ, ਵਿਕਾਸ ਲਈ ਹੈ, ਅੱਛਾ, ਤਰਫੋਂ ਉਸ ਜਗ੍ਹਾ ਤੇ ਮਦਦ ਕਰਦੀ ਹੈ ਜਿਸ ਜਗ੍ਹਾ ਦੇ ਉੱਤੇ ਕਿਸੇ ਨੂੰ ਕਿਸੇ ਕਿਸਮ ਦੀ ਲੋੜ ਹੋਵੇ, ਕੋਈ ਆਪਦਾ ਆਈ ਹੋਵੇ। ਖਾਲਸਾ ਪੰਥ ਦਾ ਸਿੰਮਾ ਜਿਹੜਾ ਹੈ ਉੱਥੇ ਵੱਖ ਵੱਖ ਥਾਵਾਂ ਨੇ, ਚਾਹੇ ਉਹ ਦਿੱਲੀ ਅੰਦਰ ਅਕਾਲਗੜ੍ਹ ਸਾਹਿਬ ਹੈ। ਤੇ ਫਿਰ ਐਵੇਂ ਕਿਉਂ, ਜੇ ਤੁਸੀਂ ਇੰਨੀ 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 ਤੁਸੀਂ ਸਿੱਖਾਂ ਦੀ ਪੈਰਵੀ ਕਰਦੇ ਹੋ, ਸਿੱਖਾਂ ਦੀ ਤੁਸੀਂ ਹੱਕਾਂ ਦੀ ਗੱਲ ਕਰਦੇ ਹੋ, ਤਾਂ ਫਿਰ ਅਕਾਲ ਤਖਤ ਸਾਹਿਬ ਨੂੰ ਕੀ ਲੋੜ ਪੈ ਗਈ ਕਿ ਤੁਹਾਡੇ ਹੁਕਮਨਾਮਾ ਜ਼ਰਾ ਉਹ ਜਾਰੀ ਕਰਨਾ ਪਿਆ ਅਕਾਲ ਤਖਤ ਸਾਹਿਬ ਨੂੰ? ਦੇਖੋ ਮੈਂ ਹੁਕਮਨਾਮਾ ਤੇ ਪੜ੍ਹਿਆ ਨਹੀਂ ਕੀ ਜਾਰੀ ਹੋਇਆ, ਮੈਂ ਤੁਹਾਨੂੰ ਦੱਸ ਦੇਣਾ, ਹੁਕਮਨਾਮੇ ਦੇ ਵਿੱਚ ਲਿਖਿਆ ਗਿਆ ਕਿ RSS ਜਿਹੜੀ ਹੈ ਉਹ ਸਿੱਖਾਂ ਦੀ ਪੈਰਵੀ ਨਹੀਂ ਕਰਦੀ, ਸਿੱਖਾਂ ਦੇ ਇਤਿਹਾਸ ਨੂੰ ਤੋੜਨਾ ਮਰੋੜਨਾ ਚਾਹੁੰਦੀ ਹੈ, ਤੇ ਜਿਹੜੇ ਵੀ ਪ੍ਰੋਗਰਾਮ ਜਾਂ ਸਮਾਗਮ RSS ਵੱਲੋਂ ਉਹ ਸਾਰੇ ਜਾਂਦੇ ਹਨ, ਤੇ ਸਿੱਖਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ, ਸਿੱਖਾਂ ਨੂੰ ਬਾਈਕਾਟ ਕਰਨਾ ਚਾਹੀਦਾ, ਜੋ ਕਿ ਸਿੱਖਾਂ ਨੇ ਤਾਲਕਟੋਰਾ ਸਟੇਡੀਅਮ ਦੇ ਵਿੱਚ ਜਦ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਹਾੜੇ ਦੀ ਗੱਲ ਕਰ ਰਹੇ ਹੋ, ਤਾਂ ਸਿੱਖਾਂ ਨੇ ਬਾਈਕਾਟ ਕੀਤਾ ਵੀ, ਤੇ ਫਿਰ ਇੱਕ ਸਿੱਖ ਵਜੋਂ ਉੱਥੇ ਤੁਹਾਡੇ ਜਿਹੜੇ ਲੀਡਰਸ ਨੇ ਉਹ ਕਿਉਂ ਪਹੁੰਚੇ ਜੇਕਰ ਤੁਸੀਂ ਅਕਾਲ ਤਖਤ ਸਾਹਿਬ ਨੂੰ ਇੰਨਾ ਫੋਲੋ ਕਰਦੇ ਹੋ? ਤੇ RSS ਸਿੱਖਾਂ ਦੀ ਪੈਰਵੀ ਨਾ ਕਰਦੀ ਹੋਵੇ ਜੀ, RSS ਸ਼ਲਾਘਾ ਕਿਉਂ ਕਰਦੀ ਹੈ ਉਸ ਵੇਲੇ ਜਿਸ ਵੇਲੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਉਸ ਕਲੋਨੀ ਦੇ ਅੰਦਰ ਜਾ ਕੇ 5-5 ਲੱਖ ਰੁਪਏ ਦੇ ਚੈੱਕ ਦਿੰਦੇ ਨੇ, ਜਿੱਥੇ 1900 ਤੁਸੀਂ ਹੁਣ ਰਾਜਨਾਥ ਸਿੰਘ ਜੀ ਗੱਲ ਕਰ ਰਹੇ ਹੋ, ਤੁਸੀਂ ਹੁਣ ਰਾਜਨਾਥ ਸਿੰਘ ਜੀ ਦੀ ਗੱਲ ਕਰ ਰਹੇ ਹੋ, ਰਾਜਨਾਥ ਸਿੰਘ ਜੀ ਦੀ ਗੱਲ ਨਾ ਕਰੋ ਤਾਂ ਠੀਕ ਰਹੇਗਾ ਪ੍ਰਤੀਕ ਸਿੰਘ ਜਾਨੂ ਜੀ, ਤੁਸੀਂ ਵੀ ਉਸ ਫੰਕਸ਼ਨ ਦੇ ਵਿੱਚ ਸੀਗੇ, ਅਸੀਂ ਵੀ ਮੀਡੀਆ ਤੋਂ ਉੱਥੇ ਕਵਰ ਕਰਨ ਗਏ ਸੀਗੇ, ਔਰ ਦਰਸ਼ਕਾਂ ਨੂੰ ਦਿਖਾਇਆ ਸੀਗਾ ਕਿ ਇੱਥੇ ਕੋਈ ਵੀ ਨਹੀਂ ਪਹੁੰਚਿਆ ਹੋਇਆ, ਬਾਈਕਾਟ ਹੋਇਆ ਪ੍ਰੋਗਰਾਮ ਦਾ, ਲੇਕਿਨ ਉੱਥੇ ਫਿਰ ਰਾਜਨਾਥ ਸਿੰਘ ਖੁਦ ਆਪ ਕਹਿੰਦੇ ਨੇ ਕਿ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਜਦ ਉੱਥੇ ਲੋਕ ਮੌਜੂਦ ਕਹਿੰਦੇ ਨੇ ਕਿ ਖਾਲਸਾ ਪਹਿਲੇ ਆਉਂਦਾ ਫਤਿਹ ਬਾਅਦ 'ਚ ਆਉਂਦੀ, ਤਾਂ ਕਹਿੰਦੇ ਇੱਧਰ ਉੱਧਰ ਚੱਲਦਾ, ਤੁਸੀਂ ਹੁਣ ਰਾਜਨਾਥ ਸਿੰਘ ਜੀ ਦੀ ਗੱਲਾਂ ਕਰ ਰਹੇ ਹੋ। ਦੇਖੋ ਗੱਲ ਇਹ ਹੈ ਕਿ ਤੁਸੀਂ ਪੁੱਛਿਆ ਕਿ RSS ਸਿੱਖਾਂ ਦੀ ਪੈਰਵੀ ਕਰਦੀ ਹੈ ਕਿ ਨਹੀਂ ਕਰਦੀ, ਹਾਂਜੀ, ਤੇ ਮੈਂ ਕਿਹਾ ਕਿ RSS ਸਿੱਖਾਂ ਤੋਂ ਪੈਰਵੀ ਤੋਂ ਕਿਸ ਜਗ੍ਹਾ ਤੋਂ ਪਿੱਛੇ ਹਟੀ ਹੈ ਉਹ ਦੱਸੋ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਇੱਥੇ ਮਨਾਏ ਜਾਂਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਪਰ ਮਨਾਏ ਜਾਂਦੇ ਨੇ, ਹਰ ਪਾਸੋਂ ਇਸ ਗੱਲ ਨੂੰ ਦੱਸਿਆ ਜਾਂਦਾ, ਇਤਿਹਾਸ ਸਰਵਣ ਕਰਾਇਆ ਜਾਂਦਾ, ਇਹ ਕੰਮ ਜਿਹੜਾ ਕਾਂਗਰਸ ਤੇ ਕਰ ਨਹੀਂ ਰਹੀ, ਕਾਂਗਰਸ ਪਾਰਟੀ ਜਾਂ ਕੋਈ ਹੋਰ ਪਾਰਟੀ ਜਿਹੜੀ ਇਸ ਦੇਸ਼ ਦੇ ਅੰਦਰ ਆਪਣੇ ਆਪ ਨੂੰ ਬੜਾ ਵੱਡਾ। ਤੇ ਫਿਰ ਕਿਉਂ ਨਹੀਂ RSS ਦੇ ਤੁਹਾਡੇ ਨੁਮਾਇੰਦੇ ਸਿੰਘ ਸੱਜ ਕੇ, ਜਿਹੜੇ ਅੰਮ੍ਰਿਤਪਾਨ ਕਰਕੇ ਅੰਮ੍ਰਿਤ ਛੱਕ ਕੇ, ਕਿਉਂ ਨਹੀਂ ਗੁਰੂ ਦੇ ਸਿੰਘ ਬਣਦੇ? ਫਿਰ ਦੇਖੋ ਹਰ ਇੱਕ ਦੀ ਮਰਿਆਦਾ, ਕਦੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਨੂੰ ਫੜ ਫੜ ਕੇ ਤੇ ਅੰਮ੍ਰਿਤਪਾਨ ਨਹੀਂ ਕਰਾਇਆ, ਉਹਨਾਂ ਨੇ ਤੇ ਕਿਹਾ ਹੈ ਕੋਈ ਐਸਾ ਸਿੱਖ ਗੁਰੂ ਕਾ ਜੋ ਮੁਝਕੋ ਦੇ ਬੇਟਾ, ਤੇ ਉੱਤੇ 5 ਹੀ ਉੱਠੇ ਸੀ, ਜਨਤਾ ਤੇ ਲੱਖਾਂ ਦੀ ਸੀ ਉੱਥੇ ਸੰਗਤ, ਲੇਕਿਨ ਉਹਦੇ ਵਿੱਚੋਂ ਕੋਈ 5 ਹੀ ਨਿਖਰੇ ਨਾ, ਜਿਹਨਾਂ ਦਾ ਨਾਮ ਫਿਰ ਇਤਿਹਾਸ ਦੇ ਵਿੱਚ, ਲੇਕਿਨ ਉਹਨਾਂ ਨੂੰ ਤੇ ਨਹੀਂ ਪਤਾ ਵੀ ਗੁਰੂ ਕੋਤਕ ਕਰ ਰਿਹਾ, ਗੁਰੂ ਇਮਤਿਹਾਨ ਲੈ ਰਿਹਾ। ਤੇ ਗੁਰੂ ਨੇ ਕਦੀ ਆਪਣੇ ਆਪ ਕਦੀ ਵੀ ਕਿਸੇ ਨੂੰ ਜ਼ਬਰਦਸਤੀ ਤੇ ਨਹੀਂ ਕਿਹਾ ਕਿ ਉਹ ਸਿੰਘ ਸੱਜੇ। RSS ਜਿਹੜੀ ਹੈ ਆਪਣੀ ਜ਼ਿੰਮੇਵਾਰੀਆਂ ਨਿਭਾ ਰਹੀ ਹੈ, ਉਹ ਹਰ ਦੇਸ਼ ਦੇ ਉਸ ਵਿਅਕਤੀ
ਦਾ ਮਾਨ ਆਦਰ। ਅੱਛਾ, ਭਗਵਾ ਰੰਗ ਨੂੰ ਪਿਆਰ ਕਰਦੇ ਹੋ ਕਿ ਕੇਸਰੀ ਝੰਡੇ ਨੂੰ ਪਿਆਰ ਕਰਦੇ ਹੋ? ਦੇਖੋ, ਰੰਗ ਭਗਵਾ ਹੋਵੇ ਜਾਂ ਕੇਸਰੀ, ਰੰਗ ਤੇ ਦੋਨੋਂ ਜੀਤਦੇ ਹੀ ਨੇ। ਅੱਜ ਇਸ ਤਿਰੰਗੇ ਦੇ ਅੰਦਰ ਵੀ ਕੇਸਰੀ ਰੰਗ ਹੈ। ਹਾਂ, ਉੱਥੇ ਹਰਾ ਵੀ ਹੈ ਤੇ ਸਫੇਦ ਵੀ ਹੈ ਤੇ ਨੀਲਾ ਚੱਕਰ ਵੀ ਹੈ। ਹਾਂ, ਅਸੀਂ ਤੇ ਉਸਨੂੰ ਵੀ ਨਤਮਸਤਕ ਕਰਦੇ ਹਾਂ। ਅੱਛਾ, ਕਿਉਂਕਿ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਹੈ। ਓਕੇ, ਚਲੋ ਹੁਣ ਤੁਸੀਂ ਮੈਨੂੰ ਮੈਂ ਤੁਹਾਨੂੰ ਇਨ ਫਿਊਚਰ ਵੀ ਲਵਾਂਗਾ ਜ਼ਰੂਰ ਦਰਸ਼ਕਾਂ ਨੂੰ। ਤੇ ਤੁਸੀਂ ਦੱਸਿਆ ਕਿ ਤੁਸੀਂ ਪੈਰਵੀ ਕਰ ਰਹੇ ਹੋ, ਆਰਐਸਐਸ ਜਿਹੜੀ ਹੈ ਉਹ ਪੈਰਵੀ ਕਰ ਰਹੀ ਹੈ। ਮੇਰੇ ਵੱਲੋਂ ਸਾਰੇ ਸੁਣਦੇ ਦਰਸ਼ਕਾਂ ਨੂੰ ਅੱਜ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਜੀ, ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਭੇਟ। ਚਲੋ, ਬਹੁਤ ਬਹੁਤ ਧੰਨਵਾਦ ਪ੍ਰਤੀਕ ਸਿੰਘ ਜਾਨੂ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਤੇ ਤੁਸੀਂ ਹੁਣ ਵੇਖ ਲਿਆ ਕਿ ਪ੍ਰਤੀਕਿਰਿਆ ਮੈਂ ਤੁਹਾਨੂੰ ਸੁਣਾਤੀ ਦਿੱਤੀ। ਔਰ ਅੱਜ ਅਸੀਂ ਕੋਸ਼ਿਸ਼ ਵੀ ਕੀਤੀ ਕਿ ਇਹਨਾਂ ਦੇ ਆਰਐਸਐਸ ਦੇ ਜਿਹੜੇ ਵਿਚਾਰ ਨੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਪ੍ਰਤੀਕ ਸਿੰਘ ਜਾਨੂ, ਜਿਨ੍ਹਾਂ ਨੇ ਆਪਣੇ ਵਿਚਾਰ ਬੀਜੇਪੀ ਦੇ ਯੁਵਾ ਫੇਸ ਨੇ ਔਰ ਸਿੱਖ ਲੀਡਰ ਨੇ, ਅਤੇ ਅੱਜ ਇਹਨਾਂ ਨੇ ਆਪਣੇ ਵਿਚਾਰ ਦੱਸੇ। ਦਿੱਲੀ ਤੋਂ ਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਸੀਗੇ। ਹੁਣ ਸਮਾਂ ਹੈਗਾ ਜੀ ਤੁਹਾਡਾ, ਹੁਣ ਸਮਾਂ ਹੈ ਕਿ ਤੁਸੀਂ ਅੱਜ ਜਿਹੜੀਆਂ ਗੱਲਾਂ ਸੁਣੀਆਂ ਹਨ ਉਹਨਾਂ ਦੇ ਉੱਤੇ ਤੁਸੀਂ ਵਿਚਾਰ ਦੇਣੇ ਹਨ। ਲਵਾਂਗਾ ਤੁਹਾਡੀ ਫੋਨ ਕਾਲਸ, ਲਵਾਂਗਾ ਤੁਹਾਡੇ ਵਿਚਾਰ ਇਸ ਬ੍ਰੇਕ ਤੋਂ ਉਸ ਪਾਰ।